ਪ੍ਰੀਤ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਐਸ ਬੀ ਆਈ ਬੈਂਕ ਫ੍ਰੀ ਚੂ ਦੇ ਰਿਹਾ ਹੈ 2 ਲੱਖ ਰੁਪਏ ਬਸ ਫਟਾਫਟਾ ਕਰ ਲਓ ਫਟਾਫਟ ਕਰ ਲਵੋ ਇਹ ਕੰਮ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ SBI ਗਾਹਕਾਂ ਦੇ ਲਈ ਖੁਸ਼ਖਬਰੀ ਆ SBI ਆਪਣੇ ਗਾਹਕਾਂ ਨੂੰ ਮੁਫਤ ਦੇ ਵਿੱਚ 2 ਲੱਖ ਰੁਪਏ ਦਾ ਫਾਇਦਾ ਦੇ ਰਿਹਾ ਆਰ ਯੂ ਪੇ ਡੈਬਿਟ ਕਾਰਡ ਦਾ ਇਸਤੇਮਾਲ ਕਰਨ ਵਾਲੇ ਸਾਰੇ ਜਨਤਨ ਖਾਤਾਧਾਰਕਾਂ ਨੂੰ 2 ਲੱਖ ਰੁਪਏ ਤੱਕ ਦਾ ਮੁਫਤ ਐਕਸੀਡੈਂਟਲ ਕਵਰ ਕੰਪਲੀਮੈਂਟਰੀ ਐਕਸੀਡੈਂਟਲ ਕਵਰ ਦੇ ਰਿਹਾ ਸੋ ਇੰਜ ਮਿਲੇਗਾ 2 ਲੱਖ ਦਾ ਕਵਰ SBI ਵੱਲੋਂ ਗਾਕਾਂ ਨੂੰ ਉਹਨਾਂ ਦੇ ਜਨਤਨ ਖਾਤਾ ਖੁਲਵਾਉਣ ਦੇ ਸਮਾਂਕਾਲ ਦੇ ਹਿਸਾਬ ਨਾਲ ਇੰਸ਼ੋਰੈਂਸ ਦੀ ਰਕਮ ਤੈਅ ਹੋਵੇਗੀ ਜਿਨ੍ਹਾਂ ਗਾਕਾਂ ਦਾ ਪ੍ਰਧਾਨ ਮੰਤਰੀ ਜਨਤਨ ਯੋਜਨਾ ਦਾ ਖਾਤਾ 28 ਅਗਸਤ 2018 ਨੂੰ ਖੋਲ੍ਹਿਆ ਗਿਆ ਸੀ ਉਹਨਾਂ ਨੂੰ ਜਾਰੀ ਕੀਤੇ ਆਰ ਯੂ ਪੀ ਪੀ ਐਮ ਜੀ ਡੀਵਾਈ ਕਾਰਡ ਤੇ 1 ਲੱਖ ਰੁਪਏ ਤੱਕ ਦਾ ਬੀਮਾ ਰਕਮ ਮਿਲੇਗੀ ਜਦ ਕਿ 28 ਅਗਸਤ 2018 ਤੋਂ ਬਾਅਦ ਜਾਰੀ ਕੀਤੇ ਗਏ ਰੁਪਏ ਪੈ ਕਾਰਡ ਤੇ 2 ਲੱਖ ਰੁਪਏ ਤੱਕ ਦਾ ਐਕਸੀਡੈਂਟਲ ਕਵਰ ਮਿਲੇਗਾ। ਪ੍ਰਧਾਨ ਮੰਤਰੀ ਜਨ ਤਨ ਯੋਜਨਾ ਇੱਕ ਅਜਿਹੀ ਯੋਜਨਾ ਹੈ ਜਿਸ ਦੇ ਤਹਿਤ ਦੇਸ਼ ਦੇ ਗਰੀਬਾਂ ਦਾ ਖਾਤਾ ਬੈਂਕ ਡਾਕਰਾਂ ਤੇ ਰਾਸ਼ਟਰੀਕ੍ਰਿਤ ਬੈਂਕਾਂ ਦੇ ਵਿੱਚ ਜ਼ੀਰੋ ਬੈਲੈਂਸ ਤੇ ਖੋਲਿਆ ਜਾਂਦਾ ਪ੍ਰਧਾਨ ਮੰਤਰੀ ਜਨ ਤਨ ਯੋਜਨਾ ਦੇ ਤਹਿਤ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਕੋਈ ਵੀ ਵਿਅਕਤੀ KYC ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਨਲਾਈਨ ਜਾਂ ਬੈਂਕ ਦੇ ਵਿੱਚ ਜਾ ਕੇ ਜਨਤਨ ਖਾਤਾ ਖੋਲ੍ਹ ਸਕਦੇ ਨੇ ਇਨਾਂ ਇਨੀਆਂ ਕੋਈ ਵੀ ਆਪਣਾ ਬਚਤ ਖਾਤੇ ਨੂੰ ਬੈਂਕ ਖਾਤੇ ਨੂੰ ਜਨਤਨ ਖਾਤੇ ਦੇ ਵਿੱਚ ਤਬਦੀਲ ਕਰਵਾ ਸਕਦੇ ਨੇ ਇਸ ਵਿੱਚ ਆਰ ਯੂ ਪੇ ਬੈਂਕ ਦੁਆਰਾ ਦਿੱਤਾ ਜਾਂਦਾ ਜਿਸ ਦੇ ਵਿੱਚ ਆਰ ਯੂ ਪੇ ਬੈਂਕ ਦਿੱਤਾ ਜਾਂਦਾ ਹੈ ਤੇ ਡੈਬਿਟ ਕਾਰਡ ਦੁਰਘਟਨਾ ਮੌਤ ਬੀਮਾ ਖਰੀਦ ਸੁਰੱਖਿਆ ਕਵਰ ਅਤੇ ਹੋਰ ਬਹੁਤ ਸਾਰੇ ਲਾਭਾਂ ਦੇ ਲਈ ਵਰਤਿਆ ਜਾਂਦਾ ਹੈ ਜਮਤਨ ਖਾਤਾਧਾਰਕਾਂ ਨੂੰ ਆਰਯੂ ਡੈਬਿਟ ਕਾਰਡ ਤਹਿਤ ਦੁਰਘਟਨਾ ਮੌਤ ਬੀਮੇ ਦਾ ਲਾਭ ਮਿਲੇਗਾ ਜਦੋਂ ਬੀਮੇ ਵਾਲੇ ਨੇ ਦੁਰਘਟਨਾ ਦੀ ਮਿਤੀ ਤੋਂ 90 ਦਿਨਾਂ ਦੇ ਅੰਦਰ ਅੰਦਰ ਜਾਂ ਅੰਤਰ ਬੈਂਕ ਕਿਸੇ ਵੀ ਚੈਨਲ ਵਿੱਚ ਕੋਈ ਸਫਲ ਵਿੱਤੀ ਜਾਂ ਗੈਰ ਵਿੱਤੀ ਲੈਣ ਦੇਣਾ ਕੀਤਾ ਜਿਸ ਵਿੱਚ ਸਿਰਫ ਰਕਮ ਦਾ ਭੁਗਤਾਨ ਕੀਤਾ ਜਾਵੇਗਾ ਸੋ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਪਹਿਲਾ ਦਾਵਾ ਫਾਰਮ ਭਰਨਾ ਪਵੇਗਾ ਅਸਲ ਮੌਤ ਦਾ ਸਰਟੀਫਿਕੇਟ ਜਾਂ ਪ੍ਰਮਾਣਿਤ ਕਾਪੀ ਨੱਥੀ ਕਰਨੀ ਪਵੇਗੀ ਐਫ ਆਈ ਆਰ ਦੀ ਅਸਲ ਜਾਂ ਪ੍ਰਮਾਣਿਤ ਕਾਪੀ ਨੱਥੀ ਕਰੋ ਪੋਸਟਮਾਰਟਮ ਦੀ ਰਿਪੋਰਟ ਅਤੇ ਐਫ ਐਸ ਐਲ ਰਿਪੋਰਟ ਵੀ ਦੇਣੀ ਪਵੇਗੀ ਆਧਾਰ ਕਾਰਡ ਦੀ ਕਾਪੀ ਕਾਰਡ ਧਾਰਕ ਦੇ ਕੋਲੇ ਰੂਪਏ ਕਾਰਡ ਹੋਣ ਦਾ ਹਲਫੀਆ ਬਿਆਨ ਬੈਂਕ ਸਟੈਂਪ ਪੇਪਰ ਦੇਣਾ ਪਵੇਗਾ ਸਾਰੇ ਦਸਤਾਵੇਜ਼ 90 ਦਿਨਾਂ ਦੇ ਅੰਦਰ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਪੈਣਗੇ ਪਾਸਬੁੱਕ ਦੀ ਕਾਪੀ ਵਿੱਚ ਨਾਮਜਦ ਵਿਅਕਤੀ ਦੇ ਨਾਮ ਉੱਪਰ ਬੈਂਕ ਦੇ ਵੇਰਵੇ ਹੋਣੇ ਚਾਹੀਦੇ ਨੇ ਧੰਨਵਾਦ